बिस्मिल्लाह बिशिल्ला रहीम दोस्तों भाइयों है ट्रैक्टर उन्नीस सौ तिरासी मॉडल ये एक दफ़ा पहले भी वीडियो लाई थी तो वीडियो ही है लेकिन मैं इस दोबारा तो मैं ट्रैक्टर दिखा रहा दिखाने का मकसद है कि ट्रैक्टर फिर सेल लगे होना है हो हो रहा है तो भाई और दो तीन दफा फोन कर चुके हैं कि सर ट्रैक्टर सेल करना है अगर कोई गाहक हो ਸਾਰਾ ਟਰੈਕਟਰ ਪਹਿਲੇ ਵੀ ਇਧੀਆਂ ਬੜੀਆਂ ਕਾਲਾਂ ਵੀ ਆਈਆਂ ਸੀ ਤੇ ਬੜੇ ਲੋਕਾਂ ਨੇ ਲਾਈਕ ਵੀ ਕੀਤਾ ਸੀ ਟਰੈਕਟਰ 마শাআল্লাহ ਬੜਾ ਸਾਫ ਸੁਥਰਾ ਹੈ ਇੰਜਾਂ ਨੇ ਦਾ ਨਵਾਂ ਹੈ ਤੇ ਚਲੋ ਦੋ ਨਵਾਂ ਸੀ ਕੁ ਦੋ ਮਹੀਨੇ ਪਹਿਲੇ ਦੀ ਵੀਡੀਓ ਤਿੰਨ ਮਹੀਨੇ ਦੀ ਲੱਗੀ ਹੋਈ ਹੈ ਹੁਣ ਚਲੋ ਕੁ 15 ਨੇ ਹੋ ਗਿਆ ਉਹਨਾਂ ਬਾਕੀ ਟਰੈਕਟਰ 마ਸ਼ਾਅੱਲਾ ਹੈ ਇਦਾਂ ਹੀ ਸੋਨਾ ਪਿਆ ਬਿਲਕੁਲ ਛੋਟਾ ਸਲਫ ਲੱਗਿਆ ਹੈ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਕਾਪੀ ਬਣੀ ਹੋਈ ਚੰਗਾ ਟਰੈਕਟਰ ਟੈਰਾਂ ਲਉ ਇੰਜਾਂ ਲਉ ਸਾਫ ਸੁਥਰਾ ਟਰੈਕਟਰ ਬਿਲਕੁਲ ਨੱਕਾ ਨੁਕਾ ਖੋਲ ਕੇ ਦੇਣਗੇ ਤੇ ਉਹੀ ਦੋਸਤ ਕਾਲ ਕਰਨ ਜਿਨ੍ਹਾਂ ਨੇ ਇਸ ਰੇਟ ਜਿਨ੍ਹਾਂ ਨੂੰ ਵਾਰਾ ਖਾਵੇ ਤੇ ਜਿਹੜੇ ਜਿਨ੍ਹਾਂ ਨੇ ਲੈਣਾ ਹੋਵੇ ਮੈਂ ਉਹ ਤੇ ਰੇਟ ਇਹਦਾ ਫਾਈਨਲ ਹੀ ਕਰਾਂਗਾ ਅਗਰ ਕਿਸੇ ਬਾਈ ਨੂੰ ਉਹਨੇ ਦਾ ਵਾਰਾ ਖਾਵੇ ਤਾਂ ਰਾਬਤਾ ਕਰੇ ਬਗਰਨਾ ਇਸ ਰੈਤ ਵਾਲੀ ਗੁੰਜਾਇਸ਼ ਕੋ ਨਹੀਂ ਗਈ ਟਾਇਰ ਦੇ ਤਕਰੀਬਨ ਕੋ ਪੈਨੇ 13 14 ਨੇ 14 ਨੇ ਪੱਕੇ ਟਾਇਰ ਪਏ ਨੇ ਬਾਕੀ ਮਾਡੇ ਗਾੜਾਂ ਦਾ ਸ਼ੋਅ ਦਾ ਬਿਲਕੁਲ ਸਾਫ਼ ਸੁਥਰਾ ਸਿੱਧਾ ਟਰੈਕਟਰ ਹੈ ਮਾਡਲ ਦੇ हिसाब ਨਾਲੇ ਮੈਂ ਕਹਿ ਰਿਹਾ ਹੁਣ ਇਹ ਤਾਂ ਨਹੀਂ ਕਿ ਇਹਨੂੰ ਅਸੀਂ ਮਤਲਬ 15 16 ਮਾਡਲ ਦੇ हिसाब ਨਾਲ ਦੇ ਕੋਲ ਹੁਣ ਮਤਲਬ ਉਹਦੇ ਉਹਦੇ ਨਾਲ ਇਹਨੂੰ ਕੰਪੇਅਰ ਕਰੀਏ ਇਦਾਂ ਨਹੀਂ ਕਿ ਮੈਂ ਜਿਹੜਾ ਟਰੈਕਟਰ ਸੋਨਾ ਕੈਨ ਉਹ ਆਪਣੇ ਮਾਡਲ ਦੇ हिसाब ਨਾਲ ਸੋਨਾ ਕੈਨ ਦੋਨਾ ਬਾਕੀ ਨੂੰ ਹੁੱਕ ਵੀ ਲੱਗੀ ਹੈ ਬੰਪਰ ਵੀ ਲੱਗਾ ਹੈ ਭਾਈ ਪਿੱਛੋਂ ਦੇਖ ਲਓ ਨਜ਼ਰ ਮਾਰ ਲਓ ਤੁਸੀਂ ट्रैक्टर किस पास कमी को नहीं गई साफ सुथरा बिल्कुल बाकी ऐसे शो अपनी है माड़ी गाडे तो भाई बदले हुए ने नवे मॉडल दे रखे ने पंपर अच्छा लगा है बैटरी रखी हुई तो है इंजन तो बिल्कुल ऐसे तो डिमांड भी दस ये डिमांड भाई ये मालिक कर रहे हैं त्रै लख सत्तर हज़ार 10 ਲੱਖ 70 ਹਜ਼ਾਰ ਰੁਪਏ ਡਿਮਾਂਡ ਕਰਦਾ ਪਿਆ ਨੇ ਅਗਰ ਕਿਸੇ ਭਾਈ ਨੂੰ ਚਾਹੀਦਾ ਹੋਵੇ ਤਾਂ ਰਾਬਤਾ ਕਰ ਸਕਦਾ ਸ਼ਾਇਦ ਇਹਦੇ ਵਿੱਚ ਕੋਈ 5000 ਦੀ ਜੇ ਗੁੰਜਾਇਸ਼ ਮੌਕੇ ਤੇ ਉਹ ਵੀ ਹੋ ਸਕਦਾ ਨਿਕਲੇ ਪਰ ਉਹਨੇ ਤਾਂ ਫਾਈਨਲੀ ਕਰ ਦਿੱਤੇ ਨੇ ਹੋ ਸਕਦਾ ਮੌਕੇ ਤੇ ਕੋ 5000 ਛੱਡ ਦੇਵੇ ਹੋ ਸਕਦਾ ਨਾ ਛੱਡੇ ਤੇ 1987 ਮਾਡਲ ਹੈ ਭਾਈ ਠੀਕ ਹੈ ਮਾਡਲ ਦੇ ਸੰਬੰਧ ਨਾਲ ਥੋੜਾ ਰੇਟ ਜ਼ਿਆਦਾ ਹੈ ਲੇਕਿਨ ਟਰੈਕਟਰ ਵੀ ਬਹੁਤ ਸਾਫ਼ ਸੁਥਰਾ ਪਿਆ ਏਕ ਹੁੰਦਾ ਸੋਨਾ ਸੋਨਾ ਨਹੀਂ ਸਾਫ਼ ਸੁਥਰਾ ਪਿਆ ਅਗਰ ਕਿਸੇ ਬਾਈ ਨੂੰ ਚਾਹੀਦਾ ਹੋਵੇ ਤਾਂ ਰਾਬਤਾ ਕਰ ਸਕਦਾ ਹੈ ਨੱਕਾ ਨੁੱਕਾ ਖੋਲ ਕੇ ਦੇਣਗੇ ਇੰਜਨ ਇਹਦਾ ਚੰਗਾ ਨਵਾਂ ਪਿਆ ਹਾਲੇ ਦੋ ਤਿੰਨ ਮਹੀਨੇ ਪਹਿਲੇ ਦਾ ਇੰਜਨ ਹੋਇਆ ਤੇ ਚੰਗਾ ਦਾ ਇੰਜਨ ਪਿਆ ਹਾਲੇ ਪੰਪ ਨੇ ਉਹਦਾਂ ਦਾ ਟੈਟ ਸਲਫ ਸਟਾਰਟ ਅੱਛਾ ਟਰੈਕਟਰ 83 ਮਾਡਲ ਹੈ ਕਾਫੀ ਬਣੀ ਹੋਈ ਹੈ ਚਿਸ਼ਤੀਆਂ ਦੀ ਲੋਕੇਸ਼ਨ ਅੱਜ ਖੜਾ ਹੈ ਅਗਰ ਕਿਸੇ ਬਾਈ ਨੂੰ ਚਾਹੀਦਾ ਹੋਵੇ ਤਾਂ ਮੈਂ ਨੰਬਰ ਉੱਤੇ ਸਕਰੀਨ ਤੇ ਦੇ ਦੇਣਾ ਔਰ ਆਪ ਤਾਂ ਕਰਕੇ ਟਰੈਕਟਰ ਖਰੀਦ ਸਕਦਾ ਹੈ ਤੁਸੀਂ ਵੀ ਅਗਰ ਆਪਣਾ ਟਰੈਕਟਰ ਸੇਲ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਸੈਕ ਲਾਜ਼ਮੀ ਰਾਬਤਾ ਕਰੋ